ਵੈਗੁਰਜੀ ਦਾ ਖਾਲਸਾ ਵੈਗੁਰਜੀ ਕਿਫਤ ਕুইਨਸ ਕਿਚਨ ਦੇ ਵਿੱਚ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਰੈਸিপি ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀਆਂ ਉਹ ਮੈਂ ਤਕਰੀਬਨ ਬਣਾਨੀ ਆ ਉਹ ਵੀ ਦੁਪਹਿਰ ਵੇਲੇ ਜਦੋਂ ਬੜਾ ਦਿਲ ਕਰਦਾ ਹੁੰਦਾ फटाफट ਕੁਝ ਬਣ ਜਾਏ ਔਰ ਬਣੇ ਵੀ ਨਿਊਟ੍ਰੀਸ਼ੀਅਸ ਔਰ ਬਣੇ ਵੀ ਬਹੁਤ ਸਵਾਦ ਉਹ ਹੈ ਸੋਇਆਬੀਨ ਮਸਾਲਾ ਰਾਈਸ ਜੋ ਕਿ ਬੜਾ ਹੀ ਸਵਾਦਲੀ ਬੰਦਾ ਔਰ ਬੜਾ ਨਿਊਟ੍ਰੀਸ਼ੀਅਸ ਵੀ ਹੁੰਦਾ ਆ ਆਪਾਂ फटाफट ਬਣਾਨੇ ਆ ਰੈਸিপি ਵੱਲ ਚੱਲਦੇ ਆ ਬਣਾਨੇ ਆ ਸੋਇਆਬੀਨ ਮਸਾਲਾ ਰਾਈਸ ਸੋਇਆਬੀਨ ਮਸਾਲਾ ਰਾਈਸ ਵਾਸਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈ ਅਸੀਂ ਲਵਾਂਗੇ ਆਇਲ ਇੱਕ ਪੈਨ ਦੇ ਵਿੱਚ ਤੇ ਉਸ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਨਾਲ ਦੇ ਨਾਲ ਅਸੀਂ ਇਸ ਦੇ ਵਿੱਚ ਸੁੱਕੇ ਖੜੇ ਮਸਾਲੇ ਪਾਉਣੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਪਾਇਆ ਇਸ ਵਿੱਚ ਤੇਜ ਪੱਤਾ ਦਾਲਚੀਨੀ ਮੋਟੀ ਕਾਲੀ ਇਲਾਇਚੀ ਨਾਲ ਦੇ ਨਾਲ ਮੈਂ ਪਾਇਆ ਜਿਹੜਾ ਸਟਾਰ ਹੁੰਦਾ ਹੈ ਨਿਸਟਾ ਚੱਕਰ ਫੁੱਲ ਵੀ ਕਹਿੰਦੇ ਆ ਇਹਨੂੰ ਨਾਲ ਦੇ ਨਾਲ ਛੋਟੀਆਂ ਇਲਾਇਚੀਆਂ ਪਾਈਆਂ ਨੇ ਤੇ ਲੌਂਗ ਪਾ ਰਹੀਆਂ ਵਾਹੇ ਗੁਰੂ ਨਾਲ ਦੇ ਨਾਲ ਥੋੜੇ ਜੀ ਕਾਲੀ ਮਿਰਚ ਸਾਬਤ ਪਾ ਰਹੀਆਂ ਮੈਂ ਇਸ ਦੇ ਵਿੱਚ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤੇ ਜੀਰਾ ਅਸੀਂ ਪਾਵਾਂਗੇ ਲਾਸਟੇ ਕਿਉਂਕਿ ਜੀਰਾ ਬਹੁਤ ਜਲਦੀ ਸੜ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਨਹੀਂ ਪਾ ਰਹੇ ਦੇ ਨਾਲ ਦੇ ਨਾਲ ਅਸੀਂ ਕੱਟੇ ਹੋਏ ਲੰਬੇ ਲੰਬੇ ਪਿਆਜ਼ ਪਾ ਰਹੀਆਂ ਤੇ ਹਰੀ ਮਿਰਚ ਪਾ ਰਹੀਆਂ ਹਰੀ ਮਿਰਚ ਇੱਥੇ ਆਪਸ਼ਨਲ ਹੈ ਜੇ ਤੁਹਾਨੂੰ ਜ਼ਿਆਦਾ ਪਸੰਦ ਨਹੀਂ ਹੈ ਸਪਾਈਸੀ ਤੁਸੀਂ ਹਰੀ ਮਿਰਚ ਨਹੀਂ ਪਾਓ ਸਿਰਫ ਪਿਆਜ਼ ਹੀ ਪਾ ਸਕਦੇ ਹੋ ਹੁਣ ਅਸੀਂ ਕੱਟਿਆ ਹੋਇਆ ਟਮਾਟਰ ਤੇ ਨਾਲ ਅਦਰਕ ਵੀ ਪਾ ਰਹੇ ਹਾਂ ਅਦਰਕ ਇਸ ਦੇ ਵਿੱਚ ਤੁਸੀਂ ਲੰਮਾ ਲੰਮਾ ਕੱਟ ਕੇ ਵੀ ਪਾ ਸਕਦੇ ਹੋ ਛੋਟਾ ਛੋਟਾ ਵੀ ਪਾ ਸਕਦੇ ਹੋ ਮੈਂ ਛੋਟਾ ਕੱਟ ਕੇ ਪਾ ਰਹੀ ਹਾਂ ਪਰ ਕਈ ਲੋਕ ਲੰਬਾ ਵੀ ਪਾਉਂਦੇ ਨੇ ਤੁਸੀਂ ਲੰਬਾ ਵੀ ਕੱਟ ਕੇ ਪਾ ਸਕਦੇ ਹੋ ਨਾਲ ਹੀ ਮੈਂ ਪਾ ਰਹੀ ਹਾਂ ਥੋੜੇ ਜਿਹਾ ਫਰੋਜ਼ਨ ਮਟਰ ਤੁਸੀਂ ਫਰੈਸ਼ ਵੀ ਯੂਜ਼ ਕਰ ਸਕਦੇ ਹੋ ਹੁਣ ਮੈਂ ਪਾ ਰਹੀਆਂ ਨਿਊਟ੍ਰੀਜੈਂਸ ਸੋਇਆਬੀਨ ਜਿੰਨੂੰ ਮੈਂ ਅੱਧਾ ਪੌਣਾ ਘੰਟਾ ਪਹਿਲਾਂ ਗਰਮ ਪਾਣੀ ਦੇ ਵਿੱਚ ਭਿਉਆ ਹੋਇਆ ਸੀ ਇਹ ਬੋਇਲਡ ਨਹੀਂ ਹੈ ਸਿਰਫ ਭਿੱਜੀਆਂ ਹੋਈਆਂ ਨੇ ਗਰਮ ਪਾਣੀ 'ਚ ਤੇ ਆਪਾਂ ਉਹ ਜਿਹੜੀਆਂ ਭਿੱਜੀਆਂ ਹੋਈਆਂ ਸੋਇਆਬੀਨ ਦੇ ਬੜੀਆਂ ਨੇ ਜਾਂ ਨਿਊਟਰੀ ਨੂੰ ਅਸੀਂ ਇਸ ਦੇ ਵਿੱਚ ਪਾਵਾਂਗੇ ਇਹਦਾ ਫਲੇਵਰ ਇਹ ਚੌਲਾਂ 'ਚ ਬਹੁਤ ਵਧੀਆ ਆਉਂਦਾ ਹੈ ਤੁਸੀਂ ਕਦੀ ਸੱਚੀ ਬਣਾ ਕੇ ਦੇਖਿਓ ਔਰ ਤੁਸੀਂ ਬਹੁਤ ਲਾਈਕ ਕਰੋਗੇ ਇਸ ਤਰ੍ਹਾਂ ਵਾਹੇ ਗੁਰੂ ਹੁਣ ਆਪਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਹੁਣ ਭੁੰਨ ਲੈਣੇ ਆ ਨਾਲ ਦੇ ਨਾਲ ਅਸੀਂ ਪਾਵਾਂਗੇ ਸਵਾਦ ਅਨੁਸਾਰ ਨਮਕ ਤੇ ਨਮਕ ਮੈਂ ਤੁਹਾਨੂੰ ਦੱਸਾਂਗੀ ਕਿ ਅੱਗੇ ਜਾ ਕੇ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਲੋੜ ਹੈਗੀ ਹੈ ਪਾਣ ਦੀ ਕਿ ਨਹੀਂ ਹੈਗੀ ਹੁਣ ਨਮਕ ਨੂੰ ਅਸੀਂ ਚੰਗੀ ਤਰ੍ਹਾਂ ਹੀ ਲਾ ਲੈਣੇ ਆ ਨਾਲ ਮੈਂ ਪਾ ਰਹੀ ਹਾਂ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਇਹ ਤੇਜ਼ ਨਹੀਂ ਹੁੰਦੀ ਤਿੱਖੀ ਨਹੀਂ ਹੁੰਦੀ ਬਸ ਕਲਰ ਬਹੁਤ ਵਧੀਆ ਦਿੰਦੀ ਹੈ ਇਸ ਲਈ ਥੋੜਾ ਜਿਹਾ ਕਲਰ ਦੇਣ ਵਾਸਤੇ ਮੈਂ ਪਾ ਰਹੀ ਹਾਂ ਚੌਲਾਂ ਦੇ ਵਿੱਚ ਨਾਲ ਦੇ ਨਾਲ ਮੈਂ ਭਿੱਜੇ ਹੋਏ ਚੌਲ ਜਿਹੜੇ ਨੇ ਮੈਂ ਇੱਕ ਗਲਾਸ ਚੌਲ ਲਏ ਨੇ ਉਹਨਾਂ ਨੂੰ ਮੈਂ ਧੋ ਕੇ ਪਾਣੀ ਦੇ ਵਿੱਚ ਭਿਓ ਲਿਆ ਸੀ 15-20 ਮਿੰਟ ਪਹਿਲਾਂ ਬਾਸਮਤੀ ਰਾਈਸ ਨੂੰ ਤੇ ਨਾਲ ਇਸ ਦੇ ਵਿੱਚ ਮੈਂ ਚੌਲਾਂ ਤੋਂ ਡਬਲ ਪਾਣੀ ਪਾਵਾਂਗੀ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਵੀ ਬਣਾ ਰਹੇ ਹੋ ਤੇ ਇਹ ਹੀ ਧਿਆਨ ਰੱਖਿਓ ਕਿ ਚੌਲਾਂ ਤੋਂ ਹਮੇਸ਼ਾ ਡਬਲ ਪਾਣੀ ਪੈਂਦਾ ਤੇ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਤੁਸੀਂ ਚੌਲਾਂ ਚੌਲ ਜਿਹੜੇ ਨੇ ਡਬਲ ਪਾਣੀ ਦੇ ਵਿੱਚ ਹੀ ਭਿਉ ਕੇ ਰੱਖ ਦੋ ਧੋ ਕੇ ਫਿਰ ਉਸੇ ਤਰ੍ਹਾਂ ਹੀ ਤੁਸੀਂ ਵਿੱਚ ਜਿਹੜੇ ਨੇ ਪਾ ਸਕਦੇ ਹੋ ਪਰ ਮੈਂ ਡਬਲ ਪਾਣੀ ਹੁਣ ਪਾ ਰਹੀ ਹਾਂ ਇਸ ਤੋਂ ਬਾਅਦ ਤੁਸੀਂ ਇਦਾਂ ਵੀ ਕਰ ਸਕਦੇ ਹੋ ਬਾਸਮਤੀ ਰਾਈਸ ਬਹੁਤ ਚੰਗੀ ਤਰ੍ਹਾਂ ਪੱਕ ਜਾਂਦਾ ਜੇ ਤੁਸੀਂ ਇਸ ਦੇ ਵਿੱਚ ਡਬਲ ਪਾਣੀ ਦੇ ਵਿੱਚ ਇਹਨਾਂ ਨੂੰ ਪਕਾਉਂਦੇ ਹੋ ਹੁਣ ਅਸੀਂ ਇਸ ਟਾਈਮ ਤੇ ਹੁਣ ਆਪਾਂ ਨਮਕ ਜਿਹੜਾ ਹੈ ਉਹ ਚੈੱਕ ਕਰ ਸਕਦੇ ਹਾਂ ਕਿ ਸਾਡਾ ਨਮਕ ਘੱਟ ਤੇ ਨਹੀਂ ਜੇ ਘੱਟ ਹੈ ਤਾਂ ਅਸੀਂ ਹੋਰ ਪਾ ਸਕਦੇ ਹਾਂ ਮੈਂ ਥੋੜਾ ਜਿਹਾ ਨਿੰਬੂ ਦਾ ਹੁਣ ਦੇਖੋ ਨਮਕ ਮੈਂ ਪਾ ਰਹੀ ਹਾਂ ਕਿ ਮੈਨੂੰ ਥੋੜਾ ਘੱਟ ਲੱਗ ਰਿਹਾ ਸੀ ਇਸ ਕਰਕੇ ਮੈਂ ਥੋੜਾ ਪਾਇਆ ਤੇ ਨਾਲ ਦੇ ਨਾਲ ਮੈਂ ਥੋੜਾ ਜਿਹਾ ਨਿੰਬੂ ਦਾ ਨਿੰਬੂ ਦਾ ਰਸ ਵੀ ਪਾ ਰਹੀ ਹਾਂ ਇਹਦੇ ਨਾਲ ਜਿਹੜਾ ਦਾਣਾ ਹੈ ਬਾਸਮਤੀ ਰਾਈਸ ਦਾ ਇੱਕ ਅਲੱਗ-ਅਲੱਗ ਹੋ ਜਾਂਦਾ ਹੈ ਔਰ ਬਹੁਤ ਵਧੀਆ ਜਿਹੜੇ ਦਾਣੇ ਨੇ ਉਹ ਖ ਹੁਣ ਅਸੀਂ ਇਹਨੂੰ ਫੁੱਲ ਸੇਕ ਦੇ ਉੱਤੇ ਨੂੰ ਚੰਗੀ ਤਰ੍ਹਾਂ ਸੀ ਬੋਇਲ ਕਰਾਂਗੇ ਪਹਿਲਾਂ ਇਹਨੂੰ ਹੁਣੇ ਟੱਕਾਂਗੇ ਨਹੀਂ ਇਹਨਾਂ ਨੂੰ ਹਜੇ ਹਜੇ ਬੋਇਲ ਆਣਾ ਸਾਡਾ ਸ਼ੁਰੂ ਹੋਇਆ ਤੇ ਇਹਨਾਂ ਨੂੰ ਥੋੜਾ ਜਿਹਾ ਹਜੇ ਹੋਰ ਉਬਲਣ ਦਵਾਂਗੇ ਫਿਰ ਅਸੀਂ ਇਹਨਾਂ ਨੂੰ ਪ੍ਰੋ ਕਵਰ ਕਰਾਂਗੇ ਆ ਦੇਖੋ ਨੂੰ ਚੰਗੀ ਤਰ੍ਹਾਂ ਸਾਡਾ ਉਬਾਲਾ ਆ ਗਿਆ ਹੋਇਆ ਤੇ ਹੁਣ ਸਾਡਾ ਇਹ ਟੱਕਣ ਦਾ ਟਾਈਮ ਹੈ ਹੁਣ ਅਸੀਂ ਇਹਨੂੰ ਸਿਮ ਕਰਕੇ ਹੁਣ ਇਸ ਦੇ ਉੱਪਰ ਅਸੀਂ ਇਸ ਨੂੰ ਟੱਕਣ ਲਗਾ ਰਹੇ ਹਾਂ ਹਾਂ ਦੇਖੋ ਚੌਲ ਸਾਡੇ ਟੱਕੇ ਹੋਏ ਨੇ ਤੇ ਇਹਨਾਂ ਨੂੰ ਹਿਲਾਉਣ ਦੀ ਵੀ ਲੋੜ ਨਹੀਂ ਪੈਂਦੀ। ਦੇਖੋ ਮੈਂ ਬਿਨਾ ਹਿਲਾਏ ਹੀ ਬਣਾਇਆ ਨੇ। ਇੱਕ ਵਾਰੀ ਮੈਂ ਥੋੜਾ ਜਿਹਾ ਹਿਲਾਇਆ ਸੀ ਵਿੱਚ ਪਰ ਉਸ ਤਰ੍ਹਾਂ ਹੀ ਦੇਖੋ ਕਿੰਦਾ ਦਾਣਾ-ਦਾਣਾ ਖਿਲਕੇ ਬਣੇ ਨੇ ਔਰ ਬਹੁਤ ਜ਼ਿਆਦਾ ਸਵਾਦ ਵੀ ਹੁੰਦੇ ਨੇ। ਸੋਇਆਬੀਨ ਦਾ ਫਲੇਵਰ ਬੜਾ ਹੀ ਵਧੀਆ ਆਉਂਦਾ ਹੈ ਚੌਲਾਂ 'ਚ ਤੇ ਦੁਪਹਿਰ ਨੂੰ ਇਹ ਤੁਸੀਂ ਦਹੀਂ ਨਾਲ ਲੀਆ ਜਾਂ ਰਾਤ ਨੂੰ ਜਦੋਂ ਵੀ ਤੁਹਾਡਾ ਤੁਸੀਂ ਇਹਨੂੰ ਇੱਕ ਤਰ੍ਹਾਂ ਦਾ ਮੀਲ ਤਰ੍ਹਾਂ ਖਾਓ ਔਰ ਹੈਲਥੀ ਵੀ ਬਹੁਤ ਹੈ। ਪ੍ਰੋਟੀਨ ਵੀ ਵਿੱਚ ਹੈਗਾ ਕਿਉਂਕਿ ਇਸ ਵਿੱਚ ਸੋਇਆਬੀਨ ਪਾਈ ਹੈ। ਔਰ ਬਣਾਓ ਔਰ ਦੱਸਿਓ ਬਣਾ ਕੇ ਤੁਹਾਨੂੰ ਕਿੱਦਾਂ ਦੇ ਲੱਗੇ ਰਾਈਸ ਤੇ ਸੋਇਆਬੀਨ ਮਸਾਲਾ ਰਾਈਸ ਇੰਜੋਏ ਕਰੋ ਨੈਕਸਟ ਟਾਈਮ ਇੱਕ ਹੋਰ ਰੈਸিপি ਲੈ ਕੇ ਮੈਂ ਹਾਜ਼ਰ ਹੋਵਾਂਗੀ ਉਨੀ ਦੇਰ ਤੱਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ